ਇਡੀਅਟ ਕਲੱਬ ਵੱਲੋਂ ਪਦਮ ਭੂਸ਼ਣ ਸਰਦਾਰ ਜਸਪਾਲ ਭੱਟੀ ਦੇ ਜਨਮ ਦਿਨ ਨੂੰ ਸਮਰਪਿਤ 8ਵਾਂ ਜਸਪਾਲ ਭੱਟੀ ਅਵਾਰਡ ਸ਼ੋਅ ਪੰਜਾਬ ਨਾਟਸ਼ਾਲਾ ਵਿੱਚ ਕਰਵਾਇਆ ਗਿਆ। ਇਸ ਅਵਾਰਡ ਸ਼ੋਅ ਦੇ ਮੁੱਖ ਆਯੋਜਕ ਇਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਜਿੰਦਰ ਰਿੱਖੀ ਇਡੀਅਟ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਅਵਾਰਡ ਸ਼ੋਅ ਵੱਖ ਵੱਖ ਖੇਤਰਾਂ ਵਿੱਚ ਬੁਲੰਦੀਆਂ ਹਾਸਲ ਕਰ ਚੁੱਕੀਆਂ ਸ਼ਖਸੀਅਤਾਂ ਲਈ ਕਰਵਾਇਆ ਜਾਂਦਾ ਹੈ। ਬਹੁਤ ਖੁਸ਼ੀ ਹੋ ਰਹੀ ਹੈ ਜੀ, ਸਾਡਾ ਇਹ 8ਵਾਂ ਜਸਪਾਲ ਭੱਟੀ ਅਵਾਰਡ ਸੀ ਅੱਜ ਜਿਹੜਾ ਅਸੀਂ ਪੰਜਾਬ ਨਾਟਸ਼ਾਲਾ ਦੇ ਵਿੱਚ ਕੀਤਾ, ਔਰ ਇਹਦੇ ਵਿੱਚ ਸਾਡੇ ਲਈ ਸਭ ਤੋਂ ਵੱਡੀ ਮਾਣ ਵਾਲੀ ਗੱਲ ਸਾਡੇ ਵਾਸਤੇ ਇਹ ਆ ਕਿ ਵੱਖੋ ਵੱਖ ਥਾਵਾਂ ਤੋਂ, ਪੰਜਾਬ ਤੋਂ, ਹਰਿਆਣੇ ਤੋਂ, ਹਿਮਾਚਲ, ਜੰਮੂ ਕਸ਼ਮੀਰ ਤੋਂ ਸਾਡੇ ਕੋਲ ਆਰਟਿਸਟ ਔਰ ਵੱਖੋ ਵੱਖ ਫੀਲਡ ਤੋਂ ਲੋਕ ਪਹੁੰਚੇ ਨੇ, ਔਰ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਸਾਰੇ ਜਸਪਾਲ ਭੱਟੀ ਨੂੰ ਚਾਹੁਣ ਵਾਲਿਆਂ ਦੇ ਨਾਲ, ਅਸੀਂ ਉਹਨਾਂ ਦਾ ਨਾਮ ਜਿਹੜਾ ਇਸੇ ਤਰ੍ਹਾਂ ਹੀ ਜਿਹੜਾ ਉਹ ਚੱਲਦਾ ਰੱਖਣ ਦੇ ਲਈ ਹਰ ਸਾਲ ਇਹ ਅਵਾਰਡ ਜਿਹੜਾ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ। ਇਸ ਦੀ ਵਾਧਾ ਸਾਨੂੰ ਇਹ ਲੱਗਾ ਕਿ ਜੋ ਪਿਛਲੇ ਫੰਕਸ਼ਨਾਂ ਦੇ ਵਿੱਚ ਸਾਨੂੰ ਜਦੋਂ ਕਰਨੀ ਪਈ ਸੀ, ਮਤਲਬ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ, ਸਾਨੂੰ ਉਨੀ ਜਦੋਂ ਨਹੀਂ ਕਰਨੀ ਪਈ, ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਇਡੀਅਟ ਕਲੱਬ ਜਿਹੜਾ ਉਹ ਹਮੇਸ਼ਾ ਹੀ ਇੱਕ ਵੱਖਰੀ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਸਾਹਮਣੇ ਪੇਸ਼ ਹੁੰਦਾ, ਔਰ ਅਸੀਂ ਹਮੇਸ਼ਾ ਜਿਹੜੀ ਇੱਕ ਨਵੀਂ ਚੀਜ਼ ਲੈ ਕੇ ਲੋਕਾਂ ਦੇ ਸਾਹਮਣੇ ਜਿਹੜੇ ਆਉਂਦੇ ਹਾਂ। ਅੱਜ ਅਸੀਂ ਇਡੀਅਟ ਕਲੱਬ ਵੱਲੋਂ 8ਵਾਂ ਜਸਪਾਲ ਭੱਟੀ ਅਵਾਰਡ ਲੈ ਕੇ ਆਏ ਹਾਂ। ਸਾਨੂੰ 7 ਸਾਲ ਹੋ ਗਏ ਲਗਾਤਾਰ ਜਸਪਾਲ ਦੀ ਯਾਦ ਦੇ ਵਿੱਚ ਅਸੀਂ ਅਵਾਰਡ ਫੰਕਸ਼ਨ ਕਰਾਉਂਦੇ ਹਾਂ, ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਫੀਲਡ ਤੋਂ ਬੰਦਿਆਂ ਨੂੰ ਚੁਣ ਕੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਬਹੁਤ ਅੱਛੇ ਕੰਮ ਕੀਤੇ ਆ, ਜਦਕਿ ਉਹਨਾਂ ਨੂੰ ਬਹੁਤ ਅੱਛੇ ਅੱਛੇ ਅਵਾਰਡਸ ਮਿਲ ਚੁੱਕੇ ਹੁੰਦੇ ਆ, ਪਰ ਜਸਪਾਲ ਭੱਟੀ ਜੀ ਦੇ ਨਾਮ ਤੋਂ ਸਭ ਪਿਆਰ ਨਾਲ, ਸਨਮਾਨ ਨਾਲ ਸਾਡੇ ਕੋਲ ਪਹੁੰਚਦੇ ਆ, ਔਰ ਇਹਦੇ ਵਿੱਚ ਕਲਚਰਲ ਈਵੈਂਟ ਵੀ ਕਰਵਾਇਆ ਜਾਂਦਾ, ਬੱਚਿਆਂ ਦਾ ਸਿੰਗਿੰਗ, ਡਾਂਸ, ਅੱਜ ਗੱਤਕਾ ਵੀ ਦਿਖਾਇਆ ਜਾਏਗਾ, ਇਸ ਤਰ੍ਹਾਂ ਅਲੱਗ ਅਲੱਗ ਫੀਲਡ ਦੇ ਕਲਚਰਲ ਪ੍ਰੋਗਰਾਮ, ਔਰ ਅਲੱਗ ਅਲੱਗ ਫੀਲਡ ਤੋਂ ਲਿਆ ਕੇ ਸਭ ਨੂੰ, ਕੋਈ ਪਲੇਅਰ ਹੈ, ਕੋਈ ਪੁਲਿਸ ਵਾਲੇ ਹੈ, ਕੋਈ ਸਿੰਗਰ ਹੈ, ਕੋਈ ਡਾਂਸਰ ਹੈ, ਇਸ ਤਰ੍ਹਾਂ ਲਿਆ ਕੇ ਅਤੇ ਸਭ ਨੂੰ ਅਵਾਰਡ ਦਿੱਤੇ ਜਾਂਦੇ ਆ, ਅਤੇ ਬਹੁਤ ਅੱਛਾ ਇੱਕ ਪ੍ਰੋਗਰਾਮ ਹੁੰਦਾ ਵੈ ਜਸਪਾਲ ਭੱਟੀ ਅਵਾਰਡ। ਬਹੁਤ ਜ਼ਿਆਦਾ, ਬਹੁਤ ਦੇਖਿਆ ਜਾਵੇ ਤਾਂ ਪਹਿਲੇ ਅਸੀਂ ਆਰਟ ਗੈਲਰੀ ਦੇ ਵਿੱਚ ਸ਼ੁਰੂ ਕੀਤਾ ਸੀ, ਕਰਦੇ ਕਰਦੇ ਜਦੋਂ ਅਸੀਂ ਸੈਕਿੰਡ, ਥਰਡ, ਫੋਰਥ ਹੈ, ਜਿਹੜਾ 8th ਹੈ, ਮੇਰਾ ਖਿਆਲ 15 ਦਿਨ ਹੋ ਗਏ ਆ ਮੈਨੂੰ, ਮੇਰਾ ਫੋਨ ਬੰਦ ਨਹੀਂ ਹੁੰਦਾ, ਮੈਨੂੰ ਮੁੰਬਈ ਤੋਂ ਵੀ ਫੋਨ ਆ ਰਿਹਾ ਹੈ, ਔਰ ਹਰਿਆਣਾ ਤੋਂ ਫੋਨ ਆ ਰਹੇ ਆ, ਸਭ ਲੋਕ ਕਹਿ ਰਹੇ ਕਿ ਤੁਸੀਂ ਸਾਡਾ ਨਾਮ ਐਡ ਕਰੋ, ਸਾਨੂੰ ਨੋਮੀਨੇਸ਼ਨ ਦੇ ਵਿੱਚ ਪਾਓ, ਸਾਨੂੰ ਵੀ ਲੈ ਕੇ, ਔਰ ਦੇਖੋ ਜਿਸ ਤਰ੍ਹਾਂ ਸੰਧਿਆ ਜੀ ਜੰਮੂ ਤੋਂ ਆਏ ਆ ਸਪੈਸ਼ਲ ਪ੍ਰੋਗਰਾਮ ਦੇਖਣ ਵਾਸਤੇ, ਇਸ ਤਰ੍ਹਾਂ ਹੀ ਸਾਡੇ ਬਹੁਤ ਸਾਰੇ ਫਰੈਂਡਸ ਹੈ ਬਾਹਰੋਂ ਦੂਰੋਂ ਦੂਰੋਂ ਪ੍ਰੋਗਰਾਮ ਨੂੰ ਦੇਖਣ ਵਾਸਤੇ ਆ ਰਹੇ ਆ। ਹਾਂਜੀ, ਕੈਟਾਗਰੀ ਅਸੀਂ ਇੱਕ ਨਾ ਐਨ ਜੀ ਓ ਲੈ ਕੇ ਆਏ ਹਾਂ, ਐਨ ਜੀ ਓ ਅਸੀਂ ਇਸ ਤਰ੍ਹਾਂ ਲੈ ਕੇ ਆਏ ਹਾਂ ਤਾਂ ਕਿ ਇੱਕ ਐਨ ਜੀ ਓ ਨੂੰ ਦੇਖਣਗੇ ਲੋਕ, ਹੋਰ ਜ਼ਿਆਦਾ ਅੱਛਾ ਕੰਮ ਕਰਨਗੇ, ਹੋਰ ਅੱਛਾ, ਮੇਰੇ ਖਿਆਲ ਸ਼ਾਇਦ ਇਹ ਕੰਮ ਕਦੀ ਕਿਸੇ ਨੇ ਕੀਤਾ ਨਹੀਂ ਹੋਏਗਾ, ਕਿਸੇ ਐਨ ਜੀ ਓ ਨੂੰ ਬੁਲਾ ਕੇ ਸਨਮਾਨ ਦਿੱਤਾ ਹੋਵੇ। ਇਸ ਅਵਾਰਡ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸ਼ੰਮੀ ਚੌਧਰੀ ਕਲਾ ਪ੍ਰੇਮੀ ਅਤੇ ਕੇ ਐਸ ਪਾਰਸ ਵੱਲੋਂ ਸਪੈਸ਼ਲ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਲਕਸ਼ ਮਹਿਤਾ ਵੱਲੋਂ ਇੱਕ ਖੂਬਸੂਰਤ ਗੀਤ ਦੇ ਨਾਲ ਕੀਤੀ ਗਈ। ਇਸ ਵਾਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਵਿਸ਼ਵ ਪ੍ਰਸਿੱਧ ਪੰਜਾਬੀ ਗਜ਼ਲ ਗਾਇਕ ਗੁਰਦੀਪ ਸਿੰਘ ਆਇਰਨ ਲੇਡੀ ਅਵਾਰਡ ਮੇਜਰ ਡਾਕਟਰ ਸੁਮਿਤ ਮੁੱਧ ਐਸ ਡੀ ਐਮ ਬਾਬਾ ਬਕਾਲਾ ਨੂੰ, ਸ਼ਰੀਫ਼ ਬਦਮਾਸ਼ ਅਵਾਰਡ ਮਹਾਵੀਰ ਭੁੱਲਰ, ਕਲਾ ਰਤਨ ਅਵਾਰਡ ਬਰਜੇਸ਼ ਚੌਲੀ, ਕਲਮ ਦਾ ਧਨੀ ਅਵਾਰਡ ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ, ਬੈਸਟ ਐਜੂਕੇਸ਼ਨਿਸਟ ਅਵਾਰਡ ਸਰਦਾਰ ਮੰਗਲ ਸਿੰਘ, ਬੈਸਟ ਹੈਲਥ ਸਰਵਿਸਿਸ ਅਵਾਰਡ ਡਾਕਟਰ ਰੋਹਿਤ ਜੈਨ, ਸਰਵੋਤਮ ਵਿਅੰਗਕਾਰ ਹਾਸਰਾਸ ਕਲਾਕਾਰ ਡਿਪਟੀ ਰਾਜਾ ਨੂੰ, ਜੋਤਿਸ਼ ਰਤਨ ਅਵਾਰਡ ਪੰਡਿਤ ਦੀਪਕ ਸ਼ਰਮਾ ਬਗਲਾਮੁਖੀ ਧਾਮ ਤੋਂ, ਬੈਸਟ ਵੈਲਿਊਬਲ ਖਿਡਾਰੀ ਭਾਰਤੀ ਕਬੱਡੀ ਟੀਮ ਦੇ ਜਸਬੀਰ ਕੁਮਾਰ ਜੱਸੂ ਪੰਡਿਤ ਨੂੰ, ਆਊਟਸਟੈਂਡਿੰਗ ਅਚੀਵਮੈਂਟ ਹਰਿੰਦਰ ਸੋਲਹੁਣਾ ਨੂੰ, ਵਰਲਡ ਕਬੱਡੀ ਪ੍ਰਮੋਟਰ ਅਵਾਰਡ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਤੋਂ ਉਹਨਾਂ ਨੂੰ ਦਿੱਤਾ ਗਿਆ, ਬੈਸਟ ਫੈਸ਼ਨ ਡਿਜ਼ਾਈਨਰ ਸੁਜਾਤਾ ਸ਼ਰਮਾ, ਮਾਨਵਤਾ ਦੇ ਸੇਵਕ ਅਵਾਰਡ ਐਨ ਜੀ ਓ ਜਸਟ ਸੇਵਾ ਸੁਸਾਇਟੀ ਦੇ ਹਰਸਿਮਰਨ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਦਿੱਤਾ ਗਿਆ, ਹਾਸ ਵਿਅੰਗਕਾਰ ਮੁਕੇਸ਼ ਸ਼ਰਮਾ, ਆਊਟਸਟੈਂਡਿੰਗ ਕਮੇਡੀਅਨ ਪ੍ਰਿੰਸ ਗਰਗ, ਪੰਡਿਤ ਦੀਪਕ ਕਪੂਰ, ਰਾਜ ਜੋਤਸ਼ੀ, ਸੁਰ ਸੰਗਮ ਅਵਾਰਡ ਦਵਿੰਦਰ ਪੰਡਿਤ ਹੋਣਾ ਨੂੰ, ਬੈਸਟ ਮੀਡੀਆ ਅਵਾਰਡ ਪਵਨ ਕੁਮਾਰ ਟੀਨੂ, ਪੰਜਾਬ ਪ੍ਰਧਾਨ ਟੌਪ ਮੀਡੀਆ ਐਸੋਸੀਏਸ਼ਨ, ਬੈਸਟ ਐਜੂਕੇਸ਼ਨਲ ਟਰੈਵਲ ਏਜੰਸੀ ਰਜਨੀਸ਼ ਸ਼ਰਮਾ ਟਰੈਵਲ ਟੂਡੇ ਤੋਂ, ਬੈਸਟ ਬੇਕਰੀ ਓਵਨ ਫਰੈਸ਼ ਬੇਕਰਸ ਨੂੰ ਦਿੱਤਾ ਗਿਆ। ਮਾਲਪੁਰ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ,
अच्छा लग रहा अज का समागम जरा उपरला जसपाल भट्टी साहब का ये जो अवार्ड है इडियट क्लब जो ਪਲੇਟਫਾਰਮ ਹੈ ਇਸ ਅਦਾਰੇ ਨੂੰ ਸਲਾਮ ਹੈ ਇਸ ਸ਼ਹਿਰ ਨੂੰ ਸਲਾਮ ਹੈ ਗੁਰੂ ਸਾਹਿਬਾਨ ਦੇ ਚਰਨ ਛੋਹ ਧਰਤੀ ਹੈ ਪੂਰੀ ਦੁਨੀਆ ਜਾਣਦੀ ਹੈ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਮੁਕੱਦਸ ਅਦਾਰਾ ਹੈ ਉਹ ਕੋਟੀ ਕੋਟੀ ਪ੍ਰਣਾਮ ਹੈ ਜ਼ਿਆਦਾ ਹੋਰ ਕਿਆ ਕਹਿ ਸਕਦੇ ਦੇਖੋ ਜੀ ਆਪ ਕੋਈ ਸੰਸਥਾ ਜਦੋਂ ਕਿਸੇ ਸੰਸਥਾ ਨੂੰ ਅਵਾਰਡ ਦਿੰਦੀ ਹੈ ਉਦੋਂ ਇਹ ਪਤਾ ਲੱਗਦਾ ਕਿ ਹਰ ਕੋਈ ਚਾਹੁੰਦਾ ਕਿ ਪੰਜਾਬ ਔਰ ਹਿੰਦੁਸਤਾਨ ਦੇ ਵਿੱਚ ਲੋੜਵੰਦਾਂ ਦੀ ਤਰੱਕੀ ਹੋਵੇ ਔਰ ਮਾਨਵਤਾ ਦੇ ਸੇਵਕ ਅਵਾਰਡ ਸਾਡੀ ਸਾਰੀ ਟੀਮ ਨੂੰ ਅੱਜ ਦਿੱਤਾ ਗਿਆ ਔਰ ਕਾਫੀ ਐਨ ਜੀ ਓਜ ਕਾਫੀ ਸਾਲਾਂ ਤੋਂ ਵਰਕ ਕਰਦੀਆਂ ਸਾਡੀ 2 ਸਾਲਾਂ ਦੀ ਮਿਹਨਤ 'ਤੇ ਸਾਨੂੰ ਇਹ ਅਵਾਰਡ ਦਿੱਤਾ ਗਿਆ ਔਰ ਸਾਡੇ ਵੱਲੋਂ ਈਡੀਅਟ ਕਲੱਬ ਨੂੰ ਔਰ ਸਾਰੇ ਪੰਜਾਬ ਨੂੰ ਇੱਕ ਪ੍ਰੋਮਿਸ ਹੈ ਕਿ ਇਸ ਅਵਾਰਡ ਦਾ ਜਿਹੜਾ ਅਸਲ ਹੱਕਦਾਰ ਸਾਡੇ ਸਾਰੇ ਮੈਂਬਰ ਨੇ ਔਰ ਇਟ ਇਜ਼ ਅ ਪ੍ਰੋਮਿਸ ਕਿ ਤੁਸੀਂ ਸਾਡੇ 'ਤੇ ਵਿਸ਼ਵਾਸ ਕੀਤਾ ਕਦੀ ਵੀ ਕੋਈ ਲੋੜਵੰਦ ਜਿਹੜਾ ਵਾ ਖਾਲੀ ਨਹੀਂ ਜਾਏਗਾ ਕਿਉਂਕਿ ਸਾਡੀ ਸਾਰੀ ਟੀਮ ਨੇ ਭਾਅ ਜੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰੀ ਟੀਮ ਨੇ ਵਰਡ ਗਰੀਬ ਵਰਤਣਾ ਬੰਦ ਕਰਤਾ ਕਿਉਂਕਿ ਗਰੀਬ ਸੋਚ ਹੁੰਦੀ ਹੈ ਸਿਰਫ ਲੋੜਵੰਦ ਹੁੰਦੇ ਨੇ ਉਹਨਾਂ ਲਈ ਅਸੀਂ ਸਾਰੇ ਮਾਨਵਤਾ ਦੇ ਸੇਵਕ ਦੇ ਜਿਹੜੇ ਸਾਰੇ ਮੈਂਬਰ ਨੇ ਜਸ ਸੇਵਾ ਦੇ ਕੰਮ ਕਰਦੇ ਰਹਾਂਗੇ ਥੈਂਕਸ ਰਜਿੰਦਰ ਰੱਖੀ ਜੀ ਦਾ ਇਸ ਤਰ੍ਹਾਂ ਹੀ ਮੈਂ ਸਾਰੀਆਂ ਐਨ ਜੀ ਓਜ਼ ਹੋਰ ਨੂੰ ਕਹਾਂਗਾ ਕਿ ਤਗੜੇ ਹੋ ਕੇ ਕੰਮ ਕਰੋ ਅਵਾਰਡ ਜਿਹੜੇ ਨੇ ਤੁਹਾਡੇ ਪਿੱਛੇ ਪਿੱਛੇ ਆਉਣਗੇ ਥੈਂਕ ਯੂ ਜੀ ਮੈਂ ਅਮਨ ਔਰ ਹਰ ਸਾਲ ਬਹੁਤ ਪਿਆਰ ਮਿਲਦਾ ਔਰ ਆਪਣਾਪਨ ਮਹਿਸੂਸ ਹੁੰਦਾ ਜੇ ਤੁਸੀਂ ਇਸ ਤਰ੍ਹਾਂ ਦੇ ਅਵਾਰਡ ਸ਼ੋਅ ਦੇ ਵਿੱਚ ਲਗਾਤਾਰ ਹਿੱਸਾ ਬਣਦੇ ਆ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਹਟ ਕੇ ਕੀਤਾ ਹੁੰਦਾ ਹੈ ਅਤੇ ਜੇ ਉਹਨਾਂ ਨੂੰ ਸਨਮਾਨ ਇੱਦਾਂ ਮਿਲਦਾ ਰਹੇ ਤਾਂ ਫਿਰ ਲੋਕ ਕਲਾ ਕਿਉਂ ਉਤਸ਼ਾਹਿਤ ਨਾ ਹੋਵੇ ਸੋ ਇਸ ਤਰੀਕੇ ਜੇ ਸਮੇਂ ਸਿਰ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਬਹੁਤ ਵਧੀਆ ਅਗਲੇ ਦਾ ਹੌਸਲਾ ਵੀ ਵੱਧਦਾ ਔਰ ਨਵੇਂ ਟੈਲੈਂਟ ਦਾ ਵੀ ਨਾਲ ਨਾਲ ਪਤਾ ਚੱਲਦਾ ਰਹਿੰਦਾ ਕਿਉਂਕਿ ਇਹ ਸਟੇਜ ਐਸੀ ਹੈ ਜਿੱਥੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਉੱਥੇ ਹੀ ਨਵੇਂ ਟੈਲੈਂਟ ਨੂੰ ਵੀ ਲੋਕਾਂ ਦੇ ਸਾਹਮਣੇ ਰੂਬਰੂ ਕਰਾਇਆ ਜਾਂਦਾ ਸੋ ਬਹੁਤ ਵਧੀਆ ਲੱਗਦਾ ਅਤੇ ਇਹ ਅਵਾਰਡ ਹਰ ਸਾਲ ਇਸ ਤਰ੍ਹਾਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਦਾ ਰਹੇ ਵੱਧਦਾ ਰਹੇ ਮੈਂ ਪਿਛਲੇ 3 ਸਾਲ ਤੋਂ ਇਸ ਅਵਾਰਡ ਨੂੰ ਹੋਸਟ ਕਰ ਰਹੀ ਹਾਂ ਮੇਰਾ 3ਰਾ ਸਾਲ ਹੈ ਜੀ ਬਹੁਤ ਵਧੀਆ ਲੱਗਦਾ ਘਰ ਵਾਲੀ ਗੱਲ ਲੱਗਦੀ ਹੈ ਔਰ ਇੱਕ ਨਾਮ ਹੀ ਐਸਾ ਜਿਸ ਨੂੰ ਕੋਈ ਮਨਾ ਨਹੀਂ ਕਰ ਸਕਦਾ ਜੀ ਔਰ ਕਿੰਨਾ ਵੀ ਕੋਈ ਬਿਜ਼ੀ ਸ਼ੈਡਿਊਲ ਕਿਉਂ ਨਾ ਹੋਵੇ ਜਦੋਂ ਕੋਈ ਕਾਲ ਆ ਜਾਂਦੀ ਕਿ ਨਹੀਂ ਅਵਾਰਡ ਸ਼ੋਅ ਹੋਸਟ ਕਰਨਾ ਫਿਰ ਸਾਰੇ ਕੰਮ ਇੱਕ ਪਾਸੇ ਅਤੇ ਜਸਪਾਲ ਭੱਟੀ ਅਵਾਰਡ ਇੱਕ ਪਾਸੇ ਮੇਰਾ ਨਾਮ ਹੈ ਜੀ ਸੁਜਾਤਾ ਸ਼ਰਮਾ ਔਰ ਮੈਂ ਫੈਸ਼ਨ ਡਿਜ਼ਾਈਨਰ ਚੈਨਿਤ ਹੋਈ ਹਾਂ ਅਵਾਰਡ ਵਾਸਤੇ ਔਰ ਇਹ ਜਿਹੜਾ ਨਾਟਸ਼ਾਲਾ ਵਿੱਚ ਪ੍ਰੋਗਰਾਮ ਅੱਜ ਕਰ ਰਹੇ ਨੇ ਇਡੀਅਟ ਕਲੱਬ ਵਾਲੇ ਐਂਡ ਆਈ ਹੋਪ ਔਰ ਆਈ ਵਿਸ਼ ਕਿ ਇਹ ਬਹੁਤ ਹੀ ਵਧੀਆ ਦਾ ਦਿਨ ਅੱਜ ਹੈ ਔਰ ਇਹਨਾਂ ਨੂੰ ਬਹੁਤ ਬਹੁਤ ਮੇਰੇ ਮਨ ਤੋਂ ਮੁਬਾਰਕਾਂ ਨੇ ਮੇਰਾ ਨਾਮ ਸੰਧਿਆ ਗੁਪਤਾ ਹੈ ਔਰ ਮੈਂ ਜੰਮੂ ਸੇ ਆਈ ਹੂੰ ਸਪੈਸ਼ਲੀ ਇਸ ਅਵਾਰਡ ਕੇ ਲੀਏ ਜਸਪਾਲ ਭੱਟੀ ਜੀ ਕਾ ਜੋ ਅਵਾਰਡ ਹੈ ਇਸਕੇ ਸ਼ੋਅ ਮੈਂ ਮੁਝੇ ਇਨਵਾਈਟ ਕੀਆ ਗਿਆ ਐਜ ਅ ਸਪੈਸ਼ਲ ਗੈਸਟ ਔਰ ਮੁਝੇ ਬਹੁਤ ਅੱਛਾ ਲੱਗ ਰਿਹਾ ਹੈ ਯਹਾਂ ਪੇ ਆ ਕੇ कारण तो बहुत सारे थे मैंने बहुत बार सुना था इस अवार्ड के लिए जिसमें बहुत सारी जानी मानी हस्तियों को अवार्डी के रूप में लिया जाता है और उन्हें सम्मानित किया जाता है और एक जसपाल भट्टी जी की याद में ये जो प्रोग्राम किया जाता है इससे सारी दुनिया में उनका नाम जो है आज भी लिया जाता है और लोग उनको याद करते हैं उनके काम को याद करते हैं सिर्फ पंजाब में नहीं मुझे लगता है पूरा हिंदुस्तान उनकी याद में आज भी उनकी याद को तरोताजा किए बैठा हुआ है यही रीजन है देखिए मैं जम्मू से उठ के यहाँ पे आई हूँ इस अवार्ड फंक्शन के लिए बहुत खुशी हो रही है जी क्योंकि जिस तरह के तुम्हें दसिया जसपाल भट्टी मेरे कजन थे जो भी फंक्शन आता है अवार्ड शो आता है सब तो ज्यादा खुशी मैं होती है पिछले 8 साल तो रजिंदर रेखी ते धवनी मैडम ये शो करवा रहे हैं आई एम थैंकफुल के साड़ी फैमिली ना जुड़े ਸਾਡੀ ਫੈਮਿਲੀ ਦੇ ਹੀਰੇ ਉਹਨਾਂ ਦੇ ਨਾਂ 'ਤੇ ਉਹ ਸ਼ੋਅ ਕਰਵਾ ਰਹੇ ਸਰ ਹਰ ਸਾਲ ਕੁਛ ਨਾ ਕੁਛ ਨਵਾਂ ਵੇਖਣ ਨੂੰ ਮਿਲਦਾ ਇਸ ਕੈਟਾਗਰੀਜ਼ ਵੱਧ ਚੁੱਕੀਆਂ ਨੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਵੀ ਆ ਰਿਹਾ ਟਰੈਵਲ ਦੇ ਖੇਤਰ ਦੇ ਵਿੱਚ ਅਵਾਰਡ ਦਿੱਤਾ ਜਾ ਰਿਹਾ ਸੋ ਇਸ ਬਾਰੇ ਕੀ ਕਹਿਣਾ ਦੇਖੋ ਜੀ ਕਿਸੇ ਵੀ ਚੀਜ਼ ਦੀ ਐਕਸਪੈਂਸ਼ਨ ਹੋਣੀ ਹਮੇਸ਼ਾ ਵਧੀਆ ਹੁੰਦੀ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਸਿਰਫ 2-3 ਕੈਟਾਗਰੀ ਸੀਗੀਆਂ ਜਾਂ ਕਮੇਡੀਅਨ ਸੀਗੇ ਸਿੰਗਰ ਸੀਗੇ ਅਤੇ ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹਰ ਸ਼ੋਬੇ 'ਚੋਂ ਜ਼ਿੰਦਗੀ ਦੇ ਹਰ ਸ਼ੋਬੇ 'ਚੋਂ ਅਸੀਂ ਇੱਕ ਇੱਕ ਬੰਦਾ 2-2 ਬੰਦੇ ਲਏ ਆ ਈਵਨ ਸਪੋਰਟਸ ਵੀ ਅਸੀਂ ਅਵਾਰਡ ਦੇ ਲਏ ਸਰ ਇੱਕ ਚੀਜ਼ ਹੁੰਦੀ ਹੈ ਕਿ ਅਵਾਰਡਸ ਇੱਕ ਡੇ ਬਾਏ ਡੇ
ਈਅਰ ਬਾਈ ਈਅਰ ਵੱਧਦਾ ਜਾਂਦਾ ਜੀ, ਵੱਧਦਾ ਜਾਂਦਾ ਜੀ, ਵੱਧਦਾ ਜਾਂਦਾ। ਤੁਹਾਡੀ ਔਰਗਨਾਈਜੇਸ਼ਨ ਨੂੰ ਵੀ ਇੱਦਾਂ ਕੁਛ ਵਾਧਾ ਹੋਇਆ? ਦੇਖੋ ਜੀ, ਔਰਗਨਾਈਜੇਸ਼ਨ 'ਚ ਵਾਧਾ ਤਾਂ ਫਿਰ ਨੈਚੁਰਲੀ ਜਦੋਂ ਗੱਲ ਟਰੈਵਲ ਕਰਦੀ ਹੈ, ਕਿਉਂਕਿ ਜਸਪਾਲ ਭੱਟੀ ਜੀ ਨੇ ਨੌਨਸੈਂਸ ਕਲੱਬ ਬਣਾਈ ਸੀ ਅਤੇ ਰਜਿੰਦਰ ਰਿਚੀ ਜੀ ਨੇ ਉਹਨਾਂ ਲਾਈਨ 'ਤੇ ਹੀ ਈਡੀਟ ਕਲੱਬ ਬਣਾਇਆ ਹੋਇਆ, ਅਤੇ ਈਡੀਟ ਕਲੱਬ 'ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।